ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਵਾਸਤੇ ਜਿਹੜੀ ਸਤਿਗੁਰਾਂ ਦੇ ਸੰਬੰਧਿਤ ਇਹ ਲਾਂਚ ਕੀਤੀ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਭਾਵੇਂ ਇਹਦਾ ਮਕਸਦ ਜਿਹੜਾ ਆ ਉਹ ਕੁਝ ਹੋਰ ਸੀ, ਪਰ ਸਮੇਂ ਦੀਆਂ ਪ੍ਰਸਥਿਤੀਆਂ ਅਨੁਕੂਲ ਇਹ ਯੂਨੀਵਰਸਿਟੀ ਆਪਣੀਆਂ ਲੰਬੀਆਂ ਪਲਾਂਘਾਂ ਪੁੱਟ ਰਹੀ। ਅਤੇ ਇੱਥੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਇੱਕ ਟਰੱਸਟ ਆ ਸਾਡਾ, ਉਹ ਟਰੱਸਟੀ 6 ਸਾਲ ਬਾਅਦ ਬਦਲ ਹੋ ਜਾਂਦੇ, ਫਿਰ ਨਵੇਂ ਆ ਜਾਂਦੇ ਆ। ਸੋ ਇਸ ਟਰੱਸਟ ਦੇ ਅਡੀਸ਼ਨਲ ਸਕੱਤਰ ਸਾਡੇ ਸਰਦਾਰ ਹਰਪਾਲ ਸਿੰਘ ਜੀ ਭਾਟੀਆ, ਇਹਨਾਂ ਨੂੰ ਨਿਯੁਕਤ ਕੀਤਾ ਗਿਆ ਔਰ ਇਹਨਾਂ ਵੱਲੋਂ ਬਹੁਤ ਵੱਡੀ ਇੱਕ ਸਹਾਇਤਾ ਦੇ ਰੂਪ ਵਿੱਚ ਬਾਬਾ ਸਰਦਾਰ ਗੁਰਿੰਦਰ ਸਿੰਘ ਜੀ ਬਾਵਾ ਸਾਡੇ ਮੈਂਬਰ SGPC ਵੀ ਆ, ਕਿਉਂਕਿ ਐਜੂਕੇਸ਼ਨ ਅਦਾਰਿਆਂ ਦੇ ਇਨਫਰਾਸਟ੍ਰਕਚਰ ਪ੍ਰਮੋਟ ਕਰਨ ਲਈ, ਹੋਰ ਜ਼ਰੂਰੀ ਲੋੜਾਂ ਲਈ, ਚਾਹੇ ਨੈਕ ਹੁੰਦੀ ਹੋਰ ਹੁੰਦਾ, ਅਤੇ ਵੱਡੇ ਸਰਮਾਏ ਦੀ ਵੀ ਲੋੜ ਹੁੰਦੀ ਹੈ। ਸੋ ਇਹਨਾਂ ਨੂੰ ਇੱਥੇ ਕੀਤਾ, ਅਤੇ ਜਿਹੜਾ ਫਾਈਨੈਂਸ਼ਲੀ ਇਹਦਾ ਲੋਡ ਆ ਉਹ ਸਾਰਾ ਖਾਲਸਾ ਕਾਲਜ ਬੰਬੇ ਦੇ ਨਾਲ ਅਟੈਚ ਕੀਤਾ ਗਿਆ। ਸੋ ਇਹ ਆਪ ਵੀ ਹਰਪਾਲ ਸਿੰਘ ਭਾਟੀਆ ਬਹੁਤ ਐਫੀਸ਼ੈਂਟ ਐਡਮਿਨਿਸਟ੍ਰੇਟਰ ਆ, ਉੱਥੇ ਵੀ ਇੰਦੌਰ ਦੇ ਵਿੱਚ ਇਹ ਸਕੂਲ ਚਲਾ ਰਹੇ ਆ, ਵੱਡੇ ਅਦਾਰੇ ਚਲਾ ਰਹੇ ਆ। ਸੋ ਇਹਨਾਂ ਦੇ ਤਜਰਬੇ ਨੂੰ ਦੇਖਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਨੂੰ ਅਡੀਸ਼ਨਲ ਮਨੇ ਅਡੀਸ਼ਨਲ ਸਕੱਤਰ ਦੇ ਤੌਰ ਦੇ ਉੱਤੇ, ਟਰਾਸਟੀ ਦੇ ਤੌਰ 'ਤੇ, ਮੈਂਬਰ ਸਕੱਤਰ ਜਿਹਨੂੰ ਆਪਾਂ ਕਹਿ ਲਈਦਾ, ਉਹ ਲਾਂਚ ਕੀਤਾ ਗਿਆ। ਮੈਂ ਕਾਮਨਾ ਕਰਦਾ ਕਿ ਸਾਰਾ ਹੀ ਸਟਾਫ ਇਹਨਾਂ ਨਾਲ ਕੋਪਰੇਸ਼ਨ ਕਰੂ, ਸਰਦਾਰ ਅਜੈਬ ਸਿੰਘ ਜੀ ਬਰਾੜ ਪ੍ਰੋ ਚਾਂਸਲਰ ਔਰ ਸਰਦਾਰ ਪ੍ਰਿਤਪਾਲ ਸਿੰਘ ਸਾਡੇ ਵਾਈਸ ਚਾਂਸਲਰ, ਇੱਥੇ ਦੇ ਸਕੱਤਰ ਸਾਡਾ ਸਰਦਾਰ ਸੁਖਮਿੰਦਰ ਸਿੰਘ, ਅਤੇ ਸਾਰੇ ਜਿੰਨੇ ਵੀ ਇੰਪਲੋਈ ਆ ਸਾਰੇ ਇਹਨਾਂ ਦੇ ਨਾਲ ਜੁੜ ਕੇ ਕੰਮਕਾਰ ਸੰਯੁਕਤ ਰੂਪ ਵਿੱਚ ਕਰਕੇ ਯੂਨੀਵਰਸਿਟੀ ਨੂੰ ਹੋਰ ਬੁਲੰਦੀਆਂ 'ਤੇ ਪਹੁੰਚਾਉਣਗੇ। ਸੋ ਚੰਗੇ ਭਵਿੱਖ ਦੀ ਜਿਹੜੀ ਆ ਕਾਮਨਾ ਕਰਨਾ। ਬਹੁਤ ਬਹੁਤ ਧੰਨਵਾਦ ਕਰਨਾ ਵਾ ਜੀ, ਮੈਂ SGPC ਦਾ ਪੂਰੀ SGPC ਪ੍ਰਧਾਨ ਧਾਮੀ ਸਾਹਿਬ ਜੀ ਦਾ, ਜਿਨ੍ਹਾਂ ਨੇ ਮੈਨੂੰ ਸਲਾਹ ਸਮਝਿਆ। ਅਸੀਂ ਪੰਜਾਬ ਤੋਂ ਬਾਹਰ ਦੇ ਸਿੱਖਾਂ ਨੂੰ ਪਹਿਲੀ ਵਾਰ ਐਵੇਂ ਜਾ ਕੋਈ ਅਹੁਦਾ ਦਿੱਤਾ। ਮੈਂ ਆਲਰੇਡੀ ਪਿਛਲੇ 8 ਸਾਲ ਤੋਂ ਇੰਡੀਆ ਦੇ ਬਹੁਤ ਵੱਡੇ ਸਕੂਲ ਦੇ ਅੰਦਰ ਬੋਰਡ 'ਚ ਹਾਂ, ਤਾਂ ਮੈਨੂੰ ਕਾਫੀ ਐਕਸਪੀਰੀਅੰਸ ਹੈ। ਮੈਂ ਕੋਸ਼ਿਸ਼ ਕਰਾਂਗਾ ਇੱਥੇ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਜਿੰਨਾ ਅੱਛਾ ਕੰਮ ਕਰ ਸਕੀਏ, ਜਿੰਨਾ ਅੱਛਾ ਇਹਨੂੰ ਗਰੋਥ 'ਤੇ ਲਿਜਾ ਸਕੀਏ, ਪੂਰੀ ਕੋਸ਼ਿਸ਼ ਕਰਾਂਗਾ। ਜਿੰਨੀ ਲੋੜ ਹੋਏਗੀ, ਮੈਂ ਥੋੜ੍ਹਾ ਜਿਹਾ ਮਾਡਰਨ ਤਰੀਕੇ ਨਾਲ ਵੀਡੀਓ ਕਾਨਫਰੰਸਿੰਗ ਦੇ ਹਿਸਾਬ ਨਾਲ ਅਸੀਂ ਸਿਸਟਮ ਪੂਰਾ ਇੱਥੇ ਲਾਗੂ ਕਰਾਂਗੇ। ਹੋਰ ਜਦੋਂ ਵੀ ਲੋੜ ਰਹੇਗੀ ਮੈਂ ਇੱਥੇ ਰਹਾਂਗਾ, ਕੋਈ ਦਿੱਕਤ ਨਹੀਂ। ਮਾਣਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਦੀ ਹਾਜ਼ਰੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ 4ਵੀਂ ਸ਼ਤਾਬਦੀ ਮੈਮੋਰੀਅਲ ਟਰੱਸਟ ਜੋ ਕਿ ਇਸ ਯੂਨੀਵਰਸਿਟੀ ਨੂੰ ਚਲਾ ਰਿਹਾ ਹੈ ਦੇ ਮੈਂਬਰ ਸਕੱਤਰ ਵਜੋਂ ਇੱਕ ਬਹੁਤ ਹੀ ਉੱਘੇ ਉਦਯੋਗਪਤੀ ਸਰਦਾਰ ਹਰਪਾਲ ਸਿੰਘ ਜੀ ਭਾਟੀਆ, ਉਹਨਾਂ ਨੇ ਮੈਂਬਰ ਸਕੱਤਰ ਦਾ ਅਹੁਦਾ ਸੰਭਾਲਿਆ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦਾ ਇੱਕ ਬੜਾ ਲੰਬਾ ਤਜਰਬਾ ਹੈ ਪ੍ਰਬੰਧਕੀ ਅਤੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ। ਸਾਨੂੰ ਉਮੀਦ ਹੈ ਕਿ ਉਹ ਸਾਨੂੰ ਯੋਗ ਅਗਵਾਈ ਦੇਣਗੇ ਅਤੇ ਯੂਨੀਵਰਸਿਟੀ ਉਹਨਾਂ ਦੀ ਸਰਪ੍ਰਸਤੀ ਹੇਠ ਹੋਰ ਤਰੱਕੀਆਂ ਕਰੇਗੀ।